ਸੋਹਣਿਆਂ ਦਾ ਦਿਨ ਹਰ ਰਾਤ ਸੋਹਣੀ ਹੁੰਦੀ ਹੈ, ਸੋਹਣਿਆਂ ਦੀ ਪਹਿਲੀ ਮੁਲਾਕਾਤ ਸੋਹਣੀ ਹੁੰਦੀ ਹੈ, ਸੋਹਣਿਆਂ ਦਾ ਵੈਰ ਪਾ ਕੇ ਆਸ਼ਕਾਂ ਦਾ ਸਰਦਾ ਨਹੀਂ, ਸੋਹਣਿਆਂ ਦਾ ਵੈਰ ਪਾ ਕੇ ਆਸ਼ਕਾਂ ਦਾ ਸਰਦਾ ਨਹੀਂ, ਕਿਉਂਕਿ ਸੋਹਣਿਆਂ ਦੀ ਹਰ ਗੱਲਬਾਤ ਸੋਹਣੀ ਹੁੰਦੀ ਹੈ, ਸੋਹਣਿਆਂ ਦੀ ਹਰ ਗੱਲਬਾਤ ਹੀ ਸੋਹਣੀ ਹੁੰਦੀ ਹੈ। ਸੋ ਸੋਹਣਾ ਹੀ ਕੁੜੀ, ਸੋਹਣਾ ਮੁੰਡਾ, ਸੋਹਣਾ ਦੇਸ਼, ਸੋਹਣਾ ਸ਼ਹਿਰ, ਸੋਹਣੀ ਗੱਡੀ ਅਤੇ ਸੋਹਣੀ ਨੱਡੀ, ਮਤਲਬ ਸਾਰੀ ਦੁਨੀਆ ਇਹਨਾਂ ਸੋਹਣਿਆਂ ਦੇ ਪਿੱਛੇ ਜਾਂਦੀ ਹੈ ਜੀ ਭੱਜੀ। ਵੈਸੇ ਮੇਰੀ ਯੂਟਿਊਬ 'ਤੇ ਇਸ ਵੇਲੇ ਵੀਡੀਓ ਦੇਖ ਰਹੇ ਸਾਰੇ ਸੋਹਣਿਆਂ ਨੂੰ ਨਮਸਕਾਰ, ਆਦਾਬ ਅਤੇ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੈਂ ਤੁਹਾਡੀ ਗੱਲ ਕਰ ਰਿਹਾ ਜੀ। ਸੋ ਅਕਸਰ ਤੁਸੀਂ ਸੋਚਦੇ ਹੋਵੋਗੇ ਕਿ ਜੋਨੀ ਸੋਹਣਿਆਂ ਦਾ ਨਾਮ ਬਹੁਤ ਲੈਂਦਾ ਜੀ ਆਪਣੇ ਸ਼ੇਅਰਾਂ ਦੇ ਵਿੱਚ, ਉਹ ਇਸ ਕਰਕੇ ਕਿਉਂਕਿ ਅੱਜ ਇਹ ਸੋਹਣੇ ਕਿਹੜੇ ਹੁੰਦੇ ਨੇ ਉਹਨਾਂ ਦੀ ਗੱਲ ਕਰਦੇ। ਸਭ ਤੋਂ ਪਹਿਲਾਂ ਤਾਂ ਜੀ ਉਹ ਸੋਹਣੇ ਜਿਹੜੇ ਇਸ ਵੇਲੇ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ, ਵੈਸੇ ਇਹ ਗੱਲ ਸੱਚੀ ਹੈ ਕਿ ਦੁਨੀਆਂ 'ਤੇ ਹਰ ਬੰਦਾ ਸਮਝਦਾ ਹੈ ਕਿ ਉਹ ਦੁਨੀਆਂ 'ਤੇ ਸਭ ਤੋਂ ਸੋਹਣਾ ਹੈ, ਅਤੇ ਸਹੀ ਵੀ ਗੱਲ ਹੈ। ਬਾਕੀ ਸੋਹਣੇ ਹਰ ਬੰਦਾ ਦੁਨੀਆਂ 'ਤੇ ਜਦੋਂ ਵੀ ਆਉਂਦਾ ਹੈ ਰੱਬ ਉਸਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਸੁਹੱਪਣ ਬਖਸ਼ ਕੇ ਭੇਜਦਾ ਹੈ। ਸੋ ਕੁਝ ਲੋਕ ਅਕਲਾਂ ਦੇ ਸੋਹਣੇ ਹੁੰਦੇ ਨੇ, ਕੁਝ ਲੋਕ ਸ਼ਕਲਾਂ ਦੇ ਸੋਹਣੇ, ਅਤੇ ਕੁਝ ਲੋਕ ਮਨ ਦੇ ਸੋਹਣੇ ਹੁੰਦੇ ਨੇ। ਬਾਕੀ ਸੱਚੀ ਗੱਲ ਇਹ ਹੈ ਜੀ ਕਿ ਦੁਨੀਆਂ 'ਤੇ ਜੇ ਕੋਈ ਸੋਹਣਾ ਹੈ ਤਾਂ ਉਸਦੀ ਤਾਰੀਫ ਜ਼ਰੂਰ ਕਰਨੀ ਚਾਹੀਦੀ ਹੈ। ਕਹਿੰਦੇ ਸੋਹਣੀ ਸਾਰੇ ਹੀ ਵਿੱਚ ਜਹਾਨ ਸੋਹਣੀ, ਸੋਹਣੀ ਰਕਾਨਾਂ ਦੇ ਵਿੱਚੋਂ ਰਕਾਨ ਸੋਹਣੀ, ਅਤੇ ਸੋਹਣੀ ਸਾਰੇ ਹੀ ਵਿੱਚ ਜਹਾਨ ਸੋਹਣੀ, ਅੰਮਾ ਜਾਈਏ ਅੱਬਾ ਦੀ ਜਾਨ ਸੋਹਣੀ, ਸੋਹਣੀ ਤਾਂ ਅੱਜ ਵੀ ਕੱਚੇ 'ਤੇ ਤਰਦੀ ਏ, ਸੋਹਣੀ ਅੱਜ ਵੀ ਕੱਚੇ 'ਤੇ ਤਰਦੀ ਏ, ਸੱਚਾ ਕਰਕੇ ਤਾਂ ਦੇਖ ਪਿਆਰ ਸੋਹਣੀ, ਸਭ ਰਕਾਨਾਂ ਦੇ ਵਿੱਚੋਂ ਰਕਾਨ ਸੋਹਣੀ, ਸੋਹਣੀ ਸਾਰੇ ਹੀ ਵਿੱਚ ਜਹਾਨ ਸੋਹਣੀ। ਬਾਕੀ ਹਰ ਬੰਦਾ ਆਪਣੇ ਆਪ ਨੂੰ ਸੋਹਣਾ ਸਮਝਦਾ ਏ, ਇਹ ਗੱਲ ਦੁਨੀਆਂ ਦਾ ਇੱਕ ਸੱਚ ਏ। ਬਈ ਕੁੜੀਆਂ ਦਾ ਤਾਂ ਪਤਾ ਨਹੀਂ, ਮੁੰਡੇ ਆਪਣੇ ਆਪ ਨੂੰ ਜ਼ਰੂਰ ਸੋਹਣਾ ਸਮਝਦੇ ਨੇ, ਅਤੇ ਉਹ ਇਸ ਕਰਕੇ ਕਿਉਂਕਿ ਜਦੋਂ ਵੀ ਤੁਸੀਂ ਦੇਖ ਲਓ ਕਿ ਮੁੰਡੇ ਦੋ ਚਾਰ ਯਾਰ ਤੁਰੇ ਜਾਂਦੇ ਹੋਣ ਤਾਂ ਕਿਸੇ ਹੋਰ ਮੁੰਡੇ ਨਾਲ ਕੁੜੀ ਤੁਰੀ ਜਾਂਦੀ ਹੋਣ, ਤਾਂ ਉਹ ਅਕਸਰ ਇਹੀ ਹਰ ਮੁੰਡਾ ਕਹਿੰਦਾ ਹੁੰਦਾ ਹੈ ਕਿ ਆਹ ਦੇਖ ਲਾ ਯਾਰ ਆਹ ਕੁੜੀਆਂ ਵੀ ਇੱਦਾਂ ਦੇ ਹੁੰਦੇ ਪਤਾ ਨਹੀਂ ਕਿੱਦਾਂ ਮਰ ਜਾਂਦੀਆਂ। ਬਾਈ ਇੱਕ ਗੱਲ ਸੱਚੀ ਜਾਣੀ, ਕੁੜੀ ਜਿੰਨੀ ਸੋਹਣੀ ਹੋਊ ਨਾ ਓਨਾ ਹੀ ਨਿਕੰਮੇ ਮੁੰਡੇ ਨਾਲ ਤੁਰੀ ਜਾਂਦੀ ਹੋਊਗੀ, ਬਈ ਤਾਂ ਸਾਡੇ ਵਰਗਿਆਂ ਨੂੰ ਛੱਡ ਕੇ ਇੱਦਾਂ ਦੇ ਨਾਲ ਤੁਰਨਾ ਫਿਰਦੀਆਂ ਆ। ਮਤਲਬ ਉਹਨਾਂ ਦੇ ਹਿਸਾਬ ਨਾਲ ਕਿ ਉਹੀ ਸਭ ਤੋਂ ਸੋਹਣੇ ਆ, ਬਾਕੀ ਦੁਨੀਆਂ ਨੇ ਤਾਂ ਜਗ੍ਹਾ ਹੀ ਘੇਰੀ ਆ। ਸੋ ਹਰ ਬੰਦਾ ਆਪਣੇ ਆਪ ਨੂੰ ਵਧੀਆ ਸਮਝਦਾ ਹੈ, ਅਤੇ ਇਹੋ ਜਿਹੇ ਦੋਸਤ ਜਦੋਂ ਬਾਹਰ ਜਾਂਦੇ ਕਿਸੇ ਨਾਲ ਤਾਂ ਉਹਨਾਂ ਨੂੰ ਇਹੀ ਕਹਿੰਦੇ ਹੁੰਦੇ ਕਿ ਸਾਨੂੰ ਕੀ ਫਰਕ ਪੈਂਦਾ ਆ, ਆਪਾਂ ਤਾਂ ਬਥੇਰੇ ਸੋਹਣੇ ਆ, ਸਾਡੇ ਮਗਰ ਤਾਂ ਜੀ ਲੈਣ ਲੱਗੀ ਹੋਈ ਆ। ਸੋ ਕਹਿੰਦੇ ਸੋਹਣਾ ਹੋਵੇ ਕੋਈ ਫਿਰ ਸਾਡਾ ਕੀ ਕਸੂਰ ਹੈ, ਸੋਹਣਾ ਹੋਵੇ ਕੋਈ ਫਿਰ ਸਾਡਾ ਕੀ ਕਸੂਰ ਹੈ, ਸੋਹਣਿਆਂ ਨੂੰ ਦੇਖਣਾ ਵੀ ਬਣਦਾ ਜ਼ਰੂਰ ਹੈ, ਦੂਰੋਂ ਦੂਰੋਂ ਦੇਖ ਕੇ ਹੀ ਅਸੀਂ ਖੁਸ਼ ਹੋ ਜਾਈਦਾ, ਬਸ ਦੂਰੋਂ ਦੂਰੋਂ ਦੇਖ ਕੇ ਹੀ ਅਸੀਂ ਖੁਸ਼ ਹੋ ਜਾਈਦਾ, ਪਿਆਰ ਵਾਲਾ ਪੰਗਾ ਨਹੀਂ ਉਹ ਸਾਨੂੰ ਮਨਜ਼ੂਰ ਹੈ, ਸੋਹਣਾ ਹੋਵੇ ਕੋਈ ਫਿਰ ਸਾਡਾ ਕੀ ਕਸੂਰ ਹੈ, ਸੋਹਣਾ ਹੋਵੇ ਕੋਈ ਫਿਰ ਸਾਡਾ ਵੀ ਕੀ ਕਸੂਰ ਹੈ। ਸੋ ਭਾਜੀ ਹੁਣਾਂ ਦੇ ਹਿਸਾਬ ਨਾਲ ਵੀ ਜੇ ਕੋਈ ਸੋਹਣਾ ਹੋਊਗਾ ਆਪਣੇ ਘਰ ਹੋਊਗਾ ਸਾਨੂੰ ਕੀ। ਆ ਦੇਖਿਆ ਜੀ ਸੋਹਣੇ ਮੁੰਡਿਆਂ ਦੇ ਕੰਮ। ਵੈਸੇ ਸਹੀ ਗੱਲ ਤਾਂ ਇਹ ਆ ਕਿ ਦੁਨੀਆਂ ਦੇ ਵਿੱਚ ਬਹੁਤ ਸਾਰੀਆਂ ਸੋਹਣੀਆਂ ਚੀਜ਼ਾਂ ਹੈ ਜੀ, ਅਤੇ ਸੋਹਣੇ ਮੁੰਡੇ, ਸੋਹਣੀਆਂ ਕੁੜੀਆਂ, ਸੋਹਣੇ ਦੇਸ਼, ਗੱਡੀਆਂ ਵਧੀਆ ਨੇ, ਸੋਹਣੀਆਂ ਲੋਕੇਸ਼ਨਸ ਨੇ, ਪਰ ਤੁਸੀਂ ਇੱਕ ਗੱਲ ਸੋਚੋ ਵੀ ਦੁਨੀਆਂ ਸੋਹਣਿਆਂ ਦੇ ਪਿੱਛੇ ਦੌੜੀ ਭੱਜੀ ਫਿਰਦੀ ਆ, ਕਈ ਲੜਾਈਆਂ ਸੋਹਣਿਆਂ ਪਿੱਛੇ ਹੁੰਦੀਆਂ ਨੇ, ਪਰ ਜਿਹੜਾ ਇਹਨਾਂ ਸਾਰਿਆਂ ਨੂੰ ਸੋਹਣੀਆਂ ਨੂੰ ਚੀਜ਼ਾਂ ਨੂੰ ਬਣਾਉਂਦਾ ਉਹ ਪਰਮਾਤਮਾ, ਉਹ ਆਪ ਕਿੰਨਾ ਸੋਹਣਾ ਹੋਵੇਗਾ। ਸੋ ਉਹਦੇ ਸੁਹੱਪਣ ਬਾਰੇ ਵੀ ਜ਼ਰੂਰ ਖਿਆਲ ਕਰਨਾ ਚਾਹੀਦਾ ਹੈ। ਕਹਿੰਦਾ ਸੋਹਣਿਆਂ ਨੂੰ ਜਿਹੜਾ ਇਹ ਬਣਾਉਂਦਾ ਬੜਾ ਸੋਹਣਾ ਹੈ, ਸੋਹਣਿਆਂ ਨੂੰ ਜਿਹੜਾ ਇਹ ਬਣਾਉਂਦਾ ਬੜਾ ਸੋਹਣਾ ਹੈ, ਉਹਦੇ ਜਿਹਾ ਨਾ ਕੋਈ ਹੋਇਆ ਨਾ ਕੋਈ ਹੋਣਾ ਹੈ, ਸੋਹਣਿਆਂ ਨੂੰ ਜਿਹੜਾ ਇਹ ਬਣਾਉਂਦਾ ਉਹਨੂੰ ਦੇਖ ਲੈ ਤਲੀ ਉੱਤੇ ਸਰੋਂ ਫਿਰ ਰੇਖ ਵਿੱਚ ਮੇਖ ਲੈ। ਕਹਿੰਦੇ ਉਹਦਾ ਇੱਕ ਨਾਮ ਸੱਚਾ, ਬਸ ਉਹਦਾ ਇੱਕ ਨਾਮ ਸੱਚਾ, ਬਾਕੀ ਸਭ ਰੋਣਾ ਹੈ, ਸੋਹਣਿਆਂ ਨੂੰ ਜਿਹੜਾ ਇਹ ਬਣਾਉਂਦਾ ਬੜਾ ਸੋਹਣਾ ਹੈ, ਸੋਹਣਿਆਂ ਨੂੰ ਜਿਹੜਾ ਇਹ ਬਣਾਉਂਦਾ ਉਹ ਤਾਂ ਆਪ ਬੜਾ ਸੋਹਣਾ ਹੈ। ਸੋ ਜੇ ਸੋਭਾ ਕਰਨੀ ਹੋਵੇ, ਜੇ ਤਾਰੀਫ ਕਰਨੀ ਹੋਵੇ, ਪ੍ਰੇਜ਼ ਕਰਨੀ ਹੋਵੇ ਨਾ, ਤਾਂ ਉਸ ਮਾਲਕ ਦੀ ਕੀਤੀ ਜਾਣੀ ਚਾਹੀਦੀ ਹੈ ਜਿਹੜਾ ਇੰਨੀ ਸੋਹਣੀ ਦੁਨੀਆਂ ਨੂੰ ਬਣਾਈ ਜਾਂਦਾ ਹੈ। ਬਾਕੀ ਸੋਹਣੇ ਤਾਂ ਜੀ ਆਉਂਦੇ ਜਾਂਦੇ ਰਹਿੰਦੇ ਨੇ, ਅਤੇ ਸੱਚੀ ਗੱਲ ਇਹ ਆ ਕਿ ਹਰ ਬੰਦੇ ਦੀ ਸੋਹਣੇ ਹੋਣ ਦੀ ਡੈਫੀਨੇਸ਼ਨ ਹੈ ਨਾ ਅਲੱਗ ਅਲੱਗ ਹੈ। ਕਿਸੇ ਨੂੰ ਸ਼ਕਲਾਂ ਸੋਹਣੀਆਂ ਪਸੰਦ ਹੈ, ਕਿਸੇ ਨੂੰ ਸੁਭਾਅ ਸੋਹਣਾ ਪਸੰਦ ਹੈ, ਕਿਸੇ ਨੂੰ ਮਨ ਦਾ ਸਾਫ਼ ਬੰਦੇ ਵਧੀਆ ਲੱਗਦੇ ਨੇ, ਅਤੇ ਕਿਸੇ ਨੂੰ ਦਿਖਾਵੇ ਵਾਲੇ ਲੋਕ ਸੋਹਣੇ ਲੱਗਦੇ ਨੇ। ਹੁਣ ਮਜਨੂੰ ਨੂੰ ਲੈਲਾ ਸੋਹਣੀ ਲੱਗੀ ਭਾਵੇਂ ਉਹ ਕਾਲੀ ਸੀ, ਹੀਰ ਨੂੰ ਰਾਂਝਾ ਚਾਕ ਸੋਹਣਾ ਲੱਗਿਆ ਜਦਕਿ ਉਹ ਉਹਨਾਂ ਦੇ ਨੌਕਰ ਸੀਗਾ। ਸੋ ਹਰ ਬੰਦਾ ਆਪਣੇ ਹਿਸਾਬ ਨਾਲ ਸੋਚਦਾ ਹੈ ਕਿ ਸੋਹਣੀ ਚੀਜ਼ ਦਾ ਸੋਹਣਾ ਇਨਸਾਨ ਕਿੱਦਾਂ ਦਾ ਹੋਵੇਗਾ। ਅਤੇ ਦੂਜੀ ਗੱਲ ਇਹ ਆ ਜੀ ਕਿ ਇੱਕ ਇਹ ਵੀ ਸੱਚੀ ਗੱਲ ਹੈ ਕਿ ਦੁਨੀਆਂ 'ਤੇ ਸ਼ਕਲਾਂ ਬਦਲ ਜਾਂਦੀਆਂ ਨੇ, ਉਮਰਾਂ ਦੇ ਹਿਸਾਬ ਨਾਲ ਸਭ ਕੁਝ ਢਲ ਜਾਂਦਾ ਹੈ, ਜਵਾਨੀ ਵੀ, ਸ਼ਕਲਾਂ ਵੀ, ਪਰ ਜੇ ਵਧੀਆ ਚੀਜ਼ ਕੋਈ ਰਹਿੰਦੀ ਹੈ ਨਾ ਬੰਦੇ ਦੇ ਨਾਲ, ਉਹ ਮਨ ਵਧੀਆ ਹੁੰਦਾ ਹੈ ਕਿ ਜਿਹਦਾ ਮਨ ਅਤੇ ਸੁਭਾਅ ਸੋਹਣਾ ਹੋਵੇ ਨਾ, ਸੋ ਉਹ ਸਾਰੀ ਜ਼ਿੰਦਗੀ ਦਾ ਗਹਿਣਾ ਹੁੰਦਾ ਹੈ।
ਸੋ ਜਦੋਂ ਵੀ ਕੋਈ ਫੈਸਲਾ ਲੈਣਾ ਹੋਵੇ ਨਾ ਇਹ ਜ਼ਰੂਰ ਸੋਚ ਲਓ ਕਿ ਸ਼ਕਲਾਂ ਸਾਰੀ ਉਮਰ ਤਾਂ ਨਹੀਂ ਜੀ ਬੈਠੀਆਂ ਰਹਿਣੀਆਂ ਅਤੇ ਦੂਜੀ ਗੱਲ ਇਹ ਆ ਜੀ ਕਿ ਹਰ ਬੰਦੇ ਦਾ ਦੇਖਣ ਦਾ ਆਪੋ ਆਪਣਾ ਨਜ਼ਰੀਆ ਹੈ ਸੋ ਤੁਹਾਨੂੰ ਜਿਹੜੀ ਚੀਜ਼ ਸੋਹਣੀ ਲੱਗਦੀ ਤੁਸੀਂ ਉਸ ਪਿੱਛੇ ਜਾਓ ਸੋ ਇਸੇ ਕਰਕੇ ਕਹਿੰਦੇ ਨੇ ਕਿ ਸੋਹਣੀ ਮੈਂ ਨਹੀਂ ਮੇਰੇ ਯਾਰ ਦੀ ਅੱਖ ਸੋਹਣੀ ਹੈ ਸੋਹਣੀ ਮੈਂ ਨਹੀਂ ਮੇਰੇ ਯਾਰ ਦੀ ਅੱਖ ਸੋਹਣੀ ਹੈ ਜਿਹੜੀ ਸਾਰੇ ਹੀ ਜਹਾਨ ਤੋਂ ਵੱਖ ਸੋਹਣੀ ਹੈ ਹੋਰ ਸੋਹਣੇ ਤਾਂ ਜਹਾਨ ਉੱਤੇ ਪਰੇ ਤੋਂ ਪਰੇ ਬੈਠੇ ਹੋਰ ਸੋਹਣੇ ਤਾਂ ਜਹਾਨ 'ਤੇ ਪਰੇ ਤੋਂ ਪਰੇ ਪਰ ਉਹਦੀ ਅੱਖ ਸਾਰੀ ਦੁਨੀਆ 'ਚ 1,25,000,000 ਸੋਹਣੀ ਹੈ ਸੋਹਣੀ ਮੈਂ ਨਹੀਂ ਮੈਨੂੰ ਦੇਖਣ ਵਾਲੇ ਦੀ ਅੱਖ ਸੋਹਣੀ ਹੈ ਸੋਹਣੀ ਮੈਂ ਨਹੀਂ ਮੇਰੇ ਯਾਰ ਦੀ ਅੱਖ ਸੋਹਣੀ ਹੈ ਮੇਰੇ ਯਾਰ ਦੀ ਅੱਖ ਸੋਹਣੀ ਹੈ ਸੋ ਸੋਹਣੀ ਕੋਈ ਸ਼ੈ ਨਹੀਂ ਹੁੰਦੀ ਜੀ ਬਸ ਜੇ ਸੁਹੱਪਣ ਜਾਂ ਸੋਹਣਾ ਹੋਣਾ ਕਿਸੇ ਚੀਜ਼ ਦੇ ਵਿੱਚ ਹੁੰਦਾ ਤਾਂ ਉਹ ਦੇਖਣ ਵਾਲੇ ਦੀ ਅੱਖ ਸੋਹਣੀ ਹੈ ਸੋ ਆਸ ਕਰਦਾ ਕਿ ਹੁਣ ਅੱਗੇ ਤੋਂ ਤੁਸੀਂ ਦੁਨੀਆ 'ਚ ਜਿਹੜੀ ਚੀਜ਼ ਦੇਖੋਗੇ ਉਹ ਸੋਹਣੀ ਤੁਹਾਨੂੰ ਆਪਣੇ ਆਪ ਲੱਗੇਗੀ ਕਿਉਂਕਿ ਕਹਿੰਦੇ ਕਿ ਜਦੋਂ ਨਜ਼ਰੀਆ ਦੇਖਣ ਦਾ ਸੋਹਣਾ ਹੋਵੇ ਤਾਂ ਨਜ਼ਾਰੇ ਆਪਣੇ ਆਪ ਸੋਹਣੇ ਹੁੰਦੇ ਨੇ ਸੋ ਇਸੇ ਆਸ ਨਾਲ ਕਿ ਅੱਜ ਦੀ ਇਹ ਸੋਹਣੀ ਵੀਡੀਓ ਤੁਹਾਨੂੰ ਵੀ ਸੋਹਣੀ ਲੱਗੀ ਹੋਵੇਗੀ ਅਤੇ ਜੇ ਸੋਹਣੀ ਲੱਗੀ ਤਾਂ ਇਸ ਵੀਡੀਓ ਨੂੰ ਆਪਣੀ ਫੇਸਬੁੱਕ 'ਤੇ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਫੇਸਬੁੱਕ ਦੇ ਦਾ ਲਿੰਕ ਜਿਹੜਾ ਹੈ ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਜ਼ਰੂਰ ਐਡ ਕਰ ਰਿਹਾ ਸੋ ਉਸ ਦੇ ਨਾਲ ਸਾਡਾ ਫੇਸਬੁੱਕ ਦਾ ਫੈਨ ਪੇਜ ਜ਼ਰੂਰ ਜੁਆਇਨ ਕਰੋ ਸਬਸਕ੍ਰਾਈਬ ਦਾ ਬਟਨ ਕਲਿੱਕ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸੇ ਤਰ੍ਹਾਂ ਸ਼ੇਅਰ ਕਰਦੇ ਰਹੋ ਹੱਸਦੇ ਵੱਸਦੇ ਰਹੋ ਜੀ ਰੱਬ ਰਾਖਾ ਸੋ